ਖਬਰਾਂ ਦੇ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ। ਨਜ਼ਰ ਮਾਰਦੇ ਹਾਂ ਅੱਜ ਖਾਸ ਖਬਰਾਂ ਤੇ। ਪਠਾਨਕੋਟ ਦੇ ਸਰਕਾਰੀ ਸਕੂਲ ਵਿੱਚ ਦੋ ਬੱਚੇ ਕਰੋਨਾ ਪੋਜ਼ਿਟਿਵ ਆਉਣ ਨਾਲ ਸਕੂਲ ਨੂੰ ਮੁੜ ਕੀਤਾ ਬੰਦ। ਸਰਕਾਰ ਬਰਗਾੜੀ ਖਤਰਨਾ ਖਤਮ ਕਰਵਾਉਣ ਵਿੱਚ ਕੀਤਾ ਸੀ ਧੋਖਾ ਕਿਹਾ ਧਿਆਨ ਸਿੰਘ ਮੰਡ ਨੇ। ਅੰਮ੍ਰਿਤਸਰ ਵਿਖੇ ਨਵਜੋਤ ਸਿੱਧੂ ਰਿਹਾਇਸ਼ ਦੇ ਬਾਹਰ ਭਾਜਪਾ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ। ਗੁਰਦਾਸਪੁਰ ਦੇ ਪਿੰਡ ਖੋਖਰ ਨੂੰ ਪੁਲਿਸ ਨੇ ਗੰਨੇ ਦੇ ਖੇਤਾਂ ਨੂੰ ਘੇਰਾ ਪਾ ਕੇ ਹੈਰੋਇਨ ਸਮੇਤ ਤਸਕਰਾਂ ਨੂੰ ਕੀਤਾ ਗ੍ਰਿਫਤਾਰ। ਅਤੇ ਤਰਨ ਤਾਰਨ ਵਿੱਚ ਘਰ ਵਿੱਚ ਰਹਿੰਦੇ ਪਤੀ ਪਤਨੀ ਦਾ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਕਤਲ। ਦੋਸਤੋ ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਅਤੇ ਤਾਜ਼ੀਆਂ ਖਬਰਾਂ ਨਾਲ ਫਿਰ ਤੋਂ ਮਿਲਾਂਗੇ। ਤਦ ਤੱਕ ਲਈ ਮੈਨੂੰ ਮਹਿਕ ਸ਼ਰਮਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।